ਸਸ਼ੀਦਾ ਦੋਸਤੋ ਮੈਂ ਰਵਜੀਤ ਸਿੰਘ ਡਾਇਰੈਕਟਰ ਇੰਟਰਨੈਸ਼ਨਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮੇਰਾ ਨਾਮ ਇਸ ਰਾਜਵੀਰ ਕੌਰ ਨੇ ਰਾਜਵੀਰ ਕੌਰ ਦਾ ਪ੍ਰੋਫਾਈਲ ਬਹੁਤ ਇੰਟਰਸਟਿੰਗ ਹੈ ਤੇ ਮੈਂ ਪ੍ਰੋਫਾਈਲ ਆਪ ਡਿਸਕਸ ਕਰਨ ਦੀ ਬਜਾਏ ਮੈਂ ਸਭ ਤੋਂ ਪਹਿਲਾਂ ਰਾਜਵੀਰ ਨੂੰ ਫੋਰਵਰਡ ਕਰਾਂਗਾ ਰਾਜਵੀਰ ਤੁਸੀਂ ਪਹਿਲਾਂ ਮੈਨੂੰ ਆਪਣਾ ਪ੍ਰੋਫਾਈਲ ਦਿਓ ਦੱਸੋ ਇਹ ਤੋਂ ਪਹਿਲਾਂ ਮੈਂ ਤੁਹਾਡਾ ਵੀਜ਼ਾ ਹੈਂਡਓਵਰ ਕਰਾਂ ਠੀਕ ਹੈ ਸਰ ਸਰ ਮੈਂ ਬੈਚਲਰਸ ਕੀਤੀ ਹੈ 2015 ਵਿੱਚ ਆਫਟਰ ਆਲ ਮੇਰਾ 2 ਇਅਰਸ ਦਾ ਗੈਪ ਆ ਤੇ ਮੇਰੀ ਪਰਸੈਂਟੇਜ ਬਹੁਤ ਲੋਅ ਸੀ 52% ਸੀ ਤੇ ਸਾਰੇ ਕੰਸਲਟੈਂਟਸ ਨੇ ਮੈਨੂੰ ਮਨਾ ਕਰ ਦਿੱਤਾ ਸੀ ਵੀ ਇੰਪੋਸੀਬਲ ਹੈ ਤੁਹਾਡਾ ਕੈਨੇਡਾ ਦਾ ਨਹੀਂ ਹੋ ਸਕਦਾ ਬਟ ਫਿਰ ਮੈਂ ਫੇਸਬੁੱਕ ਤੇ ਗੁਰਪ੍ਰੀਤ ਸਰ ਦੀ ਲਾਈਵ ਦੇਖੀ ਤੇ ਉੱਥੋਂ ਉਹਨਾਂ ਨੇ 50% ਵਾਲੇ ਸਟੂਡੈਂਟ ਦਾ ਵੀ ਵੀਜ਼ਾ ਲਿਆ ਸੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਫਿਰ ਮੈਂ ਇੱਥੇ ਵਿਜ਼ਿਟ ਕੀਤਾ ਤੇ ਸਰ ਦੀ ਗਾਈਡੈਂਸ ਮੈਨੂੰ ਵਧੀਆ ਲੱਗੀ ਤੇ ਮੈਂ ਅਪਲਾਈ ਕੀਤਾ ਇਸ ਤੋਂ ਬਾਅਦ ਮੇਰੀ ਇੱਕ ਵਾਰ ਉਸ ਤੋਂ ਬਾਅਦ ਇੱਕ ਹੋਰ ਇੰਟਰਸਟਿੰਗ ਫੈਕਟਰ ਆਇਆ ਤੁਸੀਂ ਅਪਲਾਈ ਕੀਤਾ ਦੈਨ ਤੁਹਾਡਾ ਜਿਹੜਾ ਰਿਜ਼ਲਟ ਆ ਉਹ ਨੈਗੇਟਿਵ ਹੋਇਆ ਲਾਈਕ ਤੁਹਾਡਾ ਵੀਜ਼ਾ ਰਿਜੈਕਸ਼ਨ ਹੋ ਗਿਆ ਦੈਨ ਤੁਸੀਂ ਫਿਰ ਕੀ ਕੀਤਾ ਦੈਨ ਇੱਕ ਵਾਰ ਸਰ ਕਹਿੰਦੇ ਤੁਸੀਂ ਹੋਰ ਟਰਾਈ ਕਰਕੇ ਦੇਖ ਲਓ ਤੇ ਫਿਰ ਟਰਾਈ ਕੀਤਾ ਤੇ ਹੁਣ ਮੇਰੇ ਵੀਜ਼ਾ ਹੋਇਆ ਤੁਸੀਂ ਕਿਹੜੇ ਕਾਲਜ ਲਈ ਅਪਲਾਈ ਕੀਤਾ ਸੀ ਸਰ ਮੈਂ ਸੋ ਕਾਲਜ ਓਨਟਾਰੀਓ ਸੂ ਕਾਲਜ ਸੂ ਸੇਂਟ ਮੈਰੀ ਤੁਸੀਂ ਅਪਲਾਈ ਕੀਤਾ ਤੇ ਤੁਹਾਡਾ ਕੋਰਸ ਕਿਹੜਾ ਸੀਗਾ ਪਰਸਨਲ ਸਪੋਰਟ ਵਰਕਰ ਸੋ ਹੁਣ ਮੈਂ ਵੀਜ਼ਾ ਜਿਹੜਾ ਹੈਗਾ ਤੁਹਾਡੇ ਮੋਮ ਨੂੰ ਹੈਂਡ ਓਵਰ ਕਰਨਾ ਕਿਉਂਕਿ ਇਹਨਾਂ ਨੇ ਬਹੁਤ ਸਪੋਰਟ ਕੀਤੀ ਹਰ ਵਕਤ ਤੁਹਾਡੇ ਨਾਲ ਸਪੋਰਟ ਕੀਤੀ ਹਰ ਵਕਤ ਤੁਹਾਡੇ ਨਾਲ ਆਏ ਤੁਹਾਨੂੰ ਹੈਲਪ ਕਰਦੇ ਰਹੇ ਕੰਗ੍ਰੈਚੁਲੇਸ਼ਨ ਬਹੁਤ ਬਹੁਤ ਮੁਬਾਰਕ ਹੋਵੇ ਸੋ ਕਿੰਨਾ ਜਿਹਾ ਤੁਹਾਡਾ ਐਕਸਪੀਰੀਅੰਸ ਕਿੰਨਾ ਰਿਹਾ ਲਾਈਕ ਇੱਕ ਰਿਜੈਕਸ਼ਨ 52% 2015 ਪਾਸ ਹਾਂਜੀ ਬਹੁਤ ਮਤਲਬ ਜੀ ਔਖਾ ਜਿਹਾ ਸੀ ਲੱਗਦਾ ਸੀ ਅਸੀਂ ਕਹਿੰਦੇ ਸੀ ਕਿ ਵੀਜ਼ਾ ਨਹੀਂ ਆਉਣਾ ਪਰ ਤੁਹਾਡੀ ਮਿਹਰਬਾਨੀ ਹੈ ਤੁਹਾਡੀ ਕਿਰਪਾ ਨਾਲ ਵੀਜ਼ਾ ਬਹੁਤ ਜਲਦੀ ਸੀ ਬਹੁਤ ਜਲਦੀ ਆਇਆ ਸੋ ਲਾਈਕ ਕਿੰਨਾ ਰਿਹਾ ਤੁਹਾਡਾ ਕੋਈ ਤੁਸੀਂ ਆਪਣਾ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਤੁਹਾਡਾ ਐਕਸਪੀਰੀਅੰਸ ਕਿੰਨਾ ਰਿਹਾ ਜਾਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਟੂਡੈਂਟਸ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਚਾਹੁੰਦੇ ਨੇ ਹਾਂਜੀ ਮੈਂ ਇਹੀ ਚਾਹੁੰਦੀ ਹਾਂ ਕਿ ਤੁਸੀਂ ਮਤਲਬ ਇੱਥੇ ਗੁਰਪ੍ਰੀਤ ਸਰ ਕੋਲ ਆਓ ਤੇ ਉਹਨਾਂ ਦੇ ਨਾਲ ਸੰਪਰਕ ਕਰੋ ਬਹੁਤ ਵਧੀਆ ਗੁਰਪ੍ਰੀਤ ਸਰ ਸਲਾਹ ਦਿੰਦੇ ਹਨ ਹਾਂਜੀ ਜੀ ਬਿਲਕੁਲ ਸੋ ਰਾਜਵੀਰ ਤੁਹਾਡਾ ਕੋਈ ਸਜੈਸ਼ਨ ਲਾਈਕ ਕੋਈ ਤੁਸੀਂ ਉਹ ਸ਼ੇਅਰ ਕਰਨਾ ਚਾਹੁੰਦੇ ਹੋ ਆਪਣਾ ਫੀਡਬੈਕ ਹੋ ਕੁਝ ਸਰ ਮੈਂ ਸਾਰੇ ਸਟੂਡੈਂਟ ਨੂੰ ਇਹੀ ਰਿਕਮੈਂਡ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਵੀ ਸਟੂਡੈਂਟ ਫੋਰਨ ਜਾਣਾ ਚਾਹੁੰਦੇ ਹਨ ਸਟੱਡੀ ਵਿਜ਼ਿਟ ਜਾਂ ਕਿਸੇ ਵੀ ਪਰਪਸ ਤੇ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਇੱਕ ਵਾਰ ਵਿਜ਼ਿਟ ਜ਼ਰੂਰ ਕਰਨ ਥੈਂਕ ਯੂ ਥੈਂਕ ਯੂ ਕੰਗ੍ਰੈਚੁਲੇਸ਼ਨ ਬਹੁਤ ਬਹੁਤ